हेलो प्यारे बच्चों, मैं रणजीत सिंह मैथ मास्टर। इस वीडियो दे विच तुहानू खान अकैडमी दे विच किस तरह लॉगिन करना है उस बारे दसांगा। खान अकैडमी दी वरतों पूरी दुनिया विच 180 देशां तों वध देशां दे जिहड़े बच्चे उह कर रहे हन। इस विच तुसीं लॉगिन करन तों पहलां सब तों पहलां गूगल दे विच सर्च दे विच खान अकैडमी टाइप करोगे। खान अकैडमी टाइप करन तों बाद सर्च दे बटन दे उपर क्लिक करोगे ਤਾਂ ਤੁਹਾਨੂੰ ਖਾਨ ਅਕੈਡਮੀ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਆਪਸ਼ਨਸ ਹੈਗੀਆਂ ਉਹ ਖੁੱਲ੍ਹ ਜਾਣਗੀਆਂ ਅਤੇ ਉਸ ਦੇ ਵਿੱਚੋਂ ਤੁਸੀਂ ਆਹ ਜਿਹੜੀ ਖਾਨ ਅਕੈਡਮੀ ਨਾਮ ਦੀ ਵੈਬਸਾਈਟ ਹੈ ਇਸ ਦਾ ਲੋਗੋ ਜਿਹੜਾ ਹੈ ਹਰੇ ਰੰਗ ਦਾ ਪੱਤੀਆਂ ਬਣੀਆਂ ਹੋਈਆਂ ਹਨ ਇਸ ਦੇ ਉੱਪਰ ਕਲਿੱਕ ਕਰਨਾ ਹੈ। ਜਦੋਂ ਤੁਸੀਂ ਇਸ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਮੈਸੇਜ ਸਕਰੀਨ ਦੇ ਉੱਪਰ ਲਿਖਿਆ ਆਊਗਾ, ਉਸ ਮੈਸੇਜ ਨੂੰ ਤੁਸੀਂ ਕਲੋਜ਼ ਕਰ ਦੇਣਾ ਹੈ। ਕਲੋਜ਼ ਦੇ ਬਟਨ 'ਤੇ ਦਬਾ ਕੇ ਕਲੋਜ਼ ਕਰ ਦੇਣਾ ਹੈ। ਅਤੇ ਇਸ ਤੋਂ ਬਾਅਦ ਹੋ ਸਕਦਾ ਹੈ ਕਈ ਵਾਰੀ ਇਹ ਮੈਸੇਜ ਵੀ ਆਉਂਦਾ ਹੈ ਅਤੇ ਇਸ ਮੈਸੇਜ ਨੂੰ ਵੀ ਕਲੋਜ਼ ਤੁਸੀਂ ਕਰ ਦੇਣਾ ਹੈ। ਕਲੋਜ਼ ਦੇ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਖਾਨ ਅਕੈਡਮੀ ਦੇ ਆਹ ਵਿੰਡੋ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗੀ। ਇਸ ਦੇ ਉੱਪਰ ਜਿਹੜੇ ਸੱਜੇ ਪਾਸੇ 3 ਨੀਲੇ ਰੰਗ ਦੀ ਲਾਈਨਾਂ ਹਨ ਇਸ ਦੇ ਉੱਪਰ ਕਲਿੱਕ ਕਰਨਾ ਹੈ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਲੌਗਇਨ ਅਤੇ ਪਾਸਵਰਡ ਜਿਹੜਾ ਹੈ ਲੌਗਇਨ ਵਾਲਾ ਜਿਹੜਾ ਹੈ ਬਟਨ ਉਸ ਦੇ ਉੱਪਰ ਕਲਿੱਕ ਕਰਨਾ ਹੈ। ਖਾਨ ਅਕੈਡਮੀ ਦੇ ਨੀਚੇ ਜੋ ਲੌਗਇਨ ਲਿਖਿਆ ਹੋਇਆ ਉੱਥੇ ਕਲਿੱਕ ਕਰਨਾ ਹੈ। ਉਸ ਨੂੰ ਕਲਿੱਕ ਕਰਨ ਤੋਂ ਬਾਅਦ ਲੌਗਇਨ ਅਤੇ ਪਾਸਵਰਡ ਵਾਲਾ ਜਿਹੜੀ ਹੈ ਤੁਹਾਡੀ ਵਿੰਡੋ ਉਹ ਖੁੱਲ੍ਹ ਜਾਵੇਗੀ। ਉਸ ਦੇ ਵਿੱਚ ਤੁਸੀਂ ਆਪਣਾ ਯੂਜ਼ਰ ਨੇਮ, ਈਮੇਲ ਔਰ ਯੂਜ਼ਰ ਨੇਮ ਜਿੱਥੇ ਲਿਖਿਆ ਹੈ ਉਸ ਦੇ ਵਿੱਚ ਤੁਸੀਂ ਆਪਣਾ ਯੂਜ਼ਰ ਨੇਮ ਅਤੇ ਉਸ ਤੋਂ ਨੀਚੇ ਵਾਲੇ ਖਾਨੇ ਦੇ ਵਿੱਚ ਪਾਸਵਰਡ ਜੋ ਕਿ ਤੁਹਾਡੇ ਅਧਿਆਪਕਾਂ ਵੱਲੋਂ ਤੁਹਾਨੂੰ ਦਿੱਤਾ ਗਿਆ ਹੈ ਉਹ ਹੀ ਯੂਜ਼ਰ ਨੇਮ ਅਤੇ ਪਾਸਵਰਡ ਇਸ ਵਿੱਚ ਭਰਨੇ ਹਨ। ਉਹ ਭਰ ਦੇਣੇ ਹਨ ਅਤੇ ਥੱਲੇ ਨੀਲੇ ਰੰਗ ਦਾ ਲੌਗਇਨ ਵਾਲਾ ਬਟਨ ਹੈ ਉਸ 'ਤੇ ਕਲਿੱਕ ਕਰਨਾ ਹੈ। ਲੌਗਇਨ ਦੇ ਬਟਨ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਆਪਣਾ ਪੇਜ ਜਿਹੜਾ ਹੈ ਆਪਣੀ ਵਿੰਡੋ ਖੁੱਲ੍ਹ ਜਾਵੇਗੀ। ਉੱਪਰ ਦੇਖੋ ਤੁਹਾਡਾ ਇਸ ਜਗ੍ਹਾ 'ਤੇ ਨਾਮ ਲਿਖਿਆ ਵੀ ਹੋਇਆ ਵੀ ਆਵੇਗਾ। ਇੱਥੇ ਰਮਨ ਨਾਮ ਦੇ ਬੱਚੇ ਦਾ ਇੱਕ ਲੌਗਇਨ ਆਈ ਡੀ ਖੋਲ੍ਹਿਆ ਹੈ ਮੈਂ, ਉਹ ਨਾਮ ਲਿਖਿਆ ਆਵੇਗਾ। ਇਸ ਦੇ ਵਿੱਚ ਤੁਸੀਂ ਤੁਹਾਡੀ ਸਭ ਤੋਂ ਜ਼ਰੂਰੀ ਹੈ ਅਸਾਈਨਮੈਂਟਸ, ਤੁਹਾਡੇ ਅਧਿਆਪਕਾਂ ਵੱਲੋਂ ਤੁਹਾਨੂੰ ਅਸਾਈਨਮੈਂਟਸ ਦਿੱਤੀਆਂ ਗਈਆਂ ਹਨ ਉਸ ਦੇ ਉੱਪਰ ਕਲਿੱਕ ਕਰਨਾ ਹੈ। ਇਹ ਅਸਾਈਨਮੈਂਟ ਖੁੱਲ੍ਹ ਗਈਆਂ ਹਨ, ਇਹਦੇ ਵਿੱਚ ਜੋ ਐਕਟਿਵ ਅਸਾਈਨਮੈਂਟਸ ਹਨ ਉਸ ਦੇ ਵਿੱਚ ਸੱਜੇ ਪਾਸੇ ਉਹ 3 ਅਸਾਈਨਮੈਂਟ ਮਿਲੀਆਂ ਹੋਈਆਂ ਹਨ। ਸਟਾਰਟ ਬਟਨ ਦੇ ਉੱਪਰ ਕਿਸੇ ਵੀ ਅਸਾਈਨਮੈਂਟ ਦੇ ਸਟਾਰਟ ਬਟਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਉਸ ਅਸਾਈਨਮੈਂਟ ਦੇ ਵਿੱਚ ਜਾ ਸਕਦੇ ਹੋ ਅਤੇ ਉਸ ਨੂੰ ਆਪਣਾ ਅਸਾਈਨਮੈਂਟ ਨੂੰ ਪੂਰਾ ਕਰ ਸਕਦੇ ਹੋ। ਕਿਸੇ ਵੀ ਵੇਲੇ ਤੁਸੀਂ ਇਸ ਦੇ ਵਿੱਚ ਕਦੇ ਗੁਆਚ ਜਾਂਦੇ ਹੋ ਜਾਂ ਤੁਹਾਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਣਾ ਹੈ ਤਾਂ ਤੁਸੀਂ ਆਪਣੇ ਫੋਨ ਦੇ ਸਭ ਤੋਂ ਥੱਲੇ ਵਾਲੇ ਪੋਰਸ਼ਨ ਦੇ ਵਿੱਚ ਜਿੱਥੇ ਤੁਹਾਡਾ ਨਾਮ ਲਿਖਿਆ ਹੈ ਉਸ 'ਤੇ ਕਲਿੱਕ ਕਰਨਾ ਹੈ। ਉਸ ਨੂੰ ਕਲਿੱਕ ਕਰਨ ਤੋਂ ਬਾਅਦ ਉਸ ਦੀਆਂ ਆਪਸ਼ਨ ਖੁੱਲ੍ਹ ਜਾਣਗੀਆਂ। ਇੱਥੇ ਤੁਸੀਂ ਲਰਨ ਹੋਮ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਤੁਸੀਂ ਅਸਾਈਨਮੈਂਟ ਵਾਲੇ ਪੇਜ ਦੇ ਵਿੱਚ ਪਹੁੰਚ ਜਾਓਗੇ। ਅਗਰ ਤੁਸੀਂ ਇਸ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਲੌਗ ਆਊਟ ਦੇ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਸ ਤੋਂ ਬਾਹਰ ਨਿਕਲ ਜਾਓਗੇ। Thank you very much.